ਪੀਸ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਸਾਡੀ ਕੋਸ਼ਿਸ਼ ਹੁੰਦੀ ਹੈ ਖਾਸ ਮੁਲਾਕਾਤ ਦੌਰਾਨ ਤੁਹਾਨੂੰ ਮਿਲਾਈਏ ਕਿਸੇ ਐਸੀ ਸ਼ਖਸੀਅਤ ਦੇ ਨਾਲ ਜਿਸਨੇ ਪੰਜਾਬ ਦੇ ਨਾਲ ਸੰਬੰਧਿਤ ਜਾਂ ਪੰਜਾਬੀਆਂ ਦੇ ਨਾਲ ਸੰਬੰਧਿਤ ਆਪਣੀ ਜ਼ਿੰਦਗੀ ਦਾ ਕੁਝ ਐਸਾ ਹਿੱਸਾ ਐਸਾ ਕੰਟਰੀਬਿਊਟ ਕੀਤਾ ਹੈ ਕਿ ਉਹ ਸਾਡੇ ਸੱਭਿਆਚਾਰ, ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਬੋਲਚਾਲ ਦੇ ਵਿੱਚ ਜਾਂ ਸਾਡੇ ਖਾਣ ਪੀਣ 'ਚ ਜਾਂ ਕਿਸੇ ਵੀ ਐਸੇ ਅੰਦਾਜ਼ ਦੇ ਵਿੱਚ ਕੋਈ ਯੋਗਦਾਨ ਪਾ ਸਕੇ ਹੋਣ। ਔਰ ਸਿੱਖ ਇਤਿਹਾਸ ਦਾ ਇੱਕ ਪੜਾਅ, ਇੱਕ ਖਾਸ ਦਿਨ, ਇੱਕ ਖਾਸ ਜੰਗ ਐਸੀ ਹੈ ਜਿਹੜੀ ਬੇਸ਼ੱਕ ਅੰਗਰੇਜ਼ਾਂ ਦੀ ਗੁਲਾਮਦਾਰੀ ਦੇ ਦੌਰ ਦੇ ਵਿੱਚ ਲੜੀ ਗਈ ਹੈ, ਪਰ ਦੁਨੀਆ ਦੀਆਂ ਸੱਤ ਚੋਟੀ ਦੀਆਂ ਗਹਿ ਗੱਚ ਜੰਗਾਂ ਦੇ ਵਿੱਚ ਇੱਕ ਗਿਣੀ ਜਾਂਦੀ ਹੈ, ਉਹ ਹੈ ਸਾਰਾਗੜੀ ਦੀ ਜੰਗ। ਸੋ ਉਸ ਜੰਗ ਦੇ ਹਿਸਟੋਰੀਅਨ ਵੀ, ਉਸ ਜੰਗ ਦੇ ਬਾਰੇ ਕਿਤਾਬਾਂ ਦੇ ਲੇਖਕ ਵੀ, ਡਾਕੂਮੈਂਟਰੀ ਪ੍ਰੋਡਿਊਸਰ ਵੀ, ਅਤੇ ਹੁਣ ਇੰਡੀਆ ਦੇ ਵਿੱਚ ਉਸ ਜੰਗ ਦੇ ਨਾਲ ਸੰਬੰਧਿਤ ਯਾਦਗਾਰੀ ਸਮਾਗਮਾਂ ਦੀ ਤਿਆਰੀ ਕਰ ਰਹੇ ਗੁਰਿੰਦਰ ਸਿੰਘ ਜੋਸਨ ਹੋਰਾਂ ਨੂੰ ਅਸੀਂ ਖਾਸ ਮੁਲਾਕਾਤ ਲਈ ਸੱਜਾ ਦਿੱਤਾ ਹੈ। ਜੋਸਨ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਆਪਣਾ ਵਕਤ ਕੱਢਣ ਦੇ ਵਾਸਤੇ। ਸਤਿ ਸ਼੍ਰੀ ਅਕਾਲ ਜੀ, PTC ਦੇ ਦਰਸ਼ਕਾਂ ਦਾ ਧੰਨਵਾਦ। ਓਕੇ, ਜਿਹੜਾ ਮੇਰਾ ਪਹਿਲਾ ਸਵਾਲ ਹੈ ਉਹ ਇਹ ਕਿ ਜਦੋਂ ਅਸੀਂ ਸਾਰਾਗੜੀ ਦੀ ਜੰਗ ਦੀ ਲੜਾਈ ਦੀ ਗੱਲ ਕਰਦੇ ਹਾਂ, ਬੜੇ ਕੰਟਰੋਵਰਸ਼ੀਅਲ ਵਿਊ ਪੁਆਇੰਟਸ ਹੈਗੇ ਲੋਕਾਂ ਦੇ। ਇੱਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਜੋ ਗੱਲ ਹੈ ਕਿ 20-21 ਸਿੱਖਾਂ ਦੀ ਬਹਾਦਰੀ ਉਹੋ ਜਿਹੀ ਮਿਸਾਲ ਜਿਹੜੀ ਆ ਜੋ ਸਿੱਖੀ ਸਿਖਾਉਂਦੀ 1.25 ਲੱਖ ਸੇਕ ਲੜਾਉਂ ਉਹਦੇ ਬਰਾਬਰ ਦੀ ਮਿਸਾਲ ਉੱਥੇ ਖੜੀ ਹੋਈ ਸੀ। ਦੂਜੇ ਪਾਸੇ ਲੋਕ ਇਹ ਸਵਾਲ ਕਰਦੇ ਨੇ ਕਿ ਉਹ ਤਾਂ ਗੁਲਾਮਾਂ ਦੀ ਲੜਾਈ ਸੀਗੀ ਤਾਂ ਅਸੀਂ ਉਹਨੂੰ ਸਿੱਖ ਇਤਿਹਾਸ ਦਾ ਹਿੱਸਾ ਕਿਉਂ ਮੰਨਣਾ ਚਾਹੁੰਦੇ ਹਾਂ? ਤੁਹਾਡੀ ਉਹਦੇ 'ਚ ਐਕਸਪਲੇਨੇਸ਼ਨ ਜਾਂ ਜਵਾਬ ਕੀ ਹੈ? ਹਾਂਜੀ, ਪਹਿਲੀ ਗੱਲ ਤਾਂ ਇਹ ਸੀ, ਉਹ 21 ਨਹੀਂ ਸੀ, 22 ਸੀ ਟੋਟਲ। 21 ਸਿੱਖ ਸੀ ਅਤੇ ਇੱਕ ਸੇਵਾਦਾਰ ਸੀ ਜੋ ਕਿ ਪਠਾਨ ਸੀ, ਖੁਦ ਖੁਦਾ ਦਾ ਦੌਰਾ ਨਾਂ ਸੀ, ਨੁਸ਼ਹਿਰੇ ਦਾ ਰਹਿਣ ਵਾਲਾ ਸੀ, ਪਸ਼ਾਵਰ ਦੇ ਕੋਲ ਹੀ। ਅਤੇ ਸਿੱਖ ਚਾਹੇ ਕਿਸੇ ਵੀ ਪਾਸੇ ਹੋਣ, ਚਾਹੇ ਉਹ ਇੰਡੀਆ ਲਈ ਲੜਦੇ ਹੋਣ ਜਾਂ ਜਿਸ ਤਰ੍ਹਾਂ ਅੱਜ ਕੱਲ੍ਹ ਅਮੈਰੀਕਾ, ਕੈਨੇਡਾ ਦੇ ਵੀ ਮਿਨਿਸਟਰ ਸੱਜਣ ਜੀ ਬਣ ਗਏ ਆ, ਸਿੱਖ ਹਰ ਜਗ੍ਹਾ 'ਤੇ ਜਿੱਥੇ ਵੀ ਹੋਣ ਆਪਣੀ ਡਿਊਟੀ ਦਾ ਫਰਜ਼ ਪਹਿਲੀ ਗੱਲ 'ਤੇ ਨਿਭਾਉਂਦੇ ਆ। ਉਹ ਇਹ ਗੱਲ ਨਹੀਂ ਹੁੰਦੀ ਵੀ ਅਸੀਂ ਇਹ ਕਹੀਏ ਵੀ ਸਿੱਖ ਗੁਲਾਮੀ ਦੇ ਉਹ ਤੋਂ ਅਹਿਸਾਸ ਵੇਲੇ ਸੀ। ਉਸ ਟਾਈਮ ਜੇ ਅੰਗਰੇਜ਼ਾਂ ਨੇ 1919 ਦੇ ਵਿੱਚ ਜਲਿਆਂਵਾਲੇ ਬਾਗ 'ਤੇ ਹਮਲਾ ਕੀਤਾ, ਸਿੱਖਾਂ ਨੇ ਉਹਦਾ ਵੀ ਜਵਾਬ ਦਿੱਤਾ, ਊਧਮ ਸਿੰਘ ਜੀ ਨੇ ਉੱਥੇ ਜਾ ਕੇ ਜਨਰਲ ਡਾਇਰ ਨੂੰ ਮਾਰਿਆ। ਜੇ ਦੂਜੇ ਪਾਸੇ ਸਾਰਾਗੜੀ ਦੀ ਲੜਾਈ ਸੀ ਤਾਂ ਉੱਥੇ ਵੀ ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਪਰ ਉਹਨਾਂ ਨੇ ਇਹ ਨਹੀਂ ਕਿਹਾ ਬਈ ਅਸੀਂ ਇੱਕ ਪਾਸੇ ਤੁਹਾਡਾ ਸਾਥ ਦੇ ਰਹੇ, ਦੂਸਰੇ ਪਾਸੇ ਅਸੀਂ ਆਪਣੇ ਮੁਲਕ ਨੂੰ ਆਜ਼ਾਦ ਨਹੀਂ ਕਰਾਉਣਾ। ਉਹ ਦੋਨੋਂ ਪਾਸੇ ਬਰਾਬਰ ਚੱਲੇ, ਪੈਰਲਰ। ਸੋ ਜੋ ਟ੍ਰੇਨਿੰਗ ਸੀ ਜਾਂ ਜੋ ਆਪਣਾ ਫਰਜ਼ ਸੀ ਉਹ ਨਿਭਾਉਣ ਦੀ ਇਹ ਗੱਲ ਲੜਾਈ ਦੀ ਹੈ। ਸੋ ਅਸੀਂ ਜਦੋਂ ਸਾਰਾਗੜ੍ਹ ਦੀ ਲੜਾਈ ਦੀ ਗੱਲ ਸੁਣਦੇ ਹਾਂ ਤਾਂ ਸਾਨੂੰ ਉਹਨਾਂ 22 ਫੌਜੀਆਂ ਦੀ ਜਿਹਨਾਂ 'ਚ 21 ਸਿੰਘ ਸੀਗੇ ਉਹਨਾਂ ਦੀ ਬਹਾਦਰੀ ਬਾਰੇ ਤਾਂ ਪਤਾ ਆ, ਪਰ ਹੋਰ ਇਤਿਹਾਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਜਸਨ ਸਾਹਿਬ, ਆਰਕਾਈਵਸ ਵੀ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਹੈਗੇ, ਕੋਈ ਸੁੱਖ ਨਾਲ ਸਾਡੀ ਕਾਗਜ਼ਾਤਾਂ ਦੀ ਸਾਂਭ ਸੰਭਾਲ ਵੀ ਇਹੋ ਜਿਹੀ ਰਹੀ ਹੈ, ਸੋ ਉਹ ਰਿਸਰਚਸ ਜਿਹੜੀਆਂ ਨੇ ਉਹ ਕਿੱਦਾਂ ਹੋਈਆਂ, ਕਿੱਦਾਂ ਤੁਸੀਂ ਕਿਤਾਬ ਦੇ ਪੜਾਅ ਤੱਕ ਪਹੁੰਚੇ ਹੋ? ਹਾਂਜੀ, ਇਸ ਰਿਸਰਚ ਮੈਂ ਅੰਮ੍ਰਿਤਸਰ ਨਹੀਂ ਬਿਲੋਂਗ ਕਰਦਾ, ਪਿੱਛੋਂ ਸਾਡੇ ਘਰ ਦੇ ਕੋਲ ਹੀ ਗੁਰਦੁਆਰਾ ਸਾਰਾਗੜੀ ਸਾਹਿਬ ਹੈ ਅਤੇ ਉੱਥੋਂ ਹੀ ਉੱਥੇ ਸੇਵਾ ਕਰਨੀ ਸ਼ੁਰੂ ਕੀਤੀ ਸੀ ਇਹ ਗੱਲ 1980 ਦੇ ਕਰੀਬ ਦੀ। ਉਸ ਤੋਂ ਬਾਅਦ ਹੌਲੀ ਹੌਲੀ ਫਿਰ ਨਾ ਅਟੈਚਮੈਂਟ ਹੋਈ ਅਤੇ ਅਸੀਂ ਅੱਗੇ ਚੱਲਦੇ ਹੋਏ ਉੱਥੇ ਕੀਰਤਨ ਦਰਬਾਰ ਕਰਾਉਣੇ ਸ਼ੁਰੂ ਕਰ ਦਿੱਤੇ। ਫਿਰ ਮਨ ਵਿੱਚ ਆ ਰਿਹਾ ਵੀ ਇੱਥੇ ਸਟੱਡੀ ਕੀਤੀ ਜਾਏ ਕੀ ਸਿੱਖਾਂ ਨੂੰ। ਫਿਰ ਉਸ 'ਤੇ ਮੈਂ ਆਰਟੀਕਲ ਲਿਖਣੇ ਸ਼ੁਰੂ ਕੀਤੇ ਅਤੇ 1996 ਦੇ ਵਿੱਚ SGPC ਨੇ ਕਿਹਾ ਬਈ 100 ਸਾਲਾ ਸ਼ਤਾਬਦੀ 97 'ਚ ਆ ਰਹੀ ਹੈ ਅਤੇ ਇਸ ਨੂੰ ਵੱਡੇ ਲੈਵਲ 'ਤੇ ਮਨਾਉਣਾ ਚਾਹੀਦਾ, ਸਿੱਖਾਂ ਦਾ ਖਾਸ ਇਤਿਹਾਸ ਹੈ। ਫਿਰ ਉਹਨਾਂ ਨੇ ਮੇਰੀ ਸੇਵਾ ਲਾਈ ਇਸ ਲਈ ਵੀ ਤੁਸੀਂ ਇਹ ਸ਼ਹੀਦ ਪਰਿਵਾਰਾਂ ਨੂੰ ਲੱਭੋ, ਕਿਉਂਕਿ ਇਹਦੀ ਸ਼ੁਰੂਆਤ ਹੀ ਮੈਂ ਕੀਤੀ ਸੀ ਆਰਟੀਕਲ ਲਿਖ ਕੇ। ਫਿਰ ਉਹਨਾਂ 'ਚੋਂ 21 'ਚੋਂ 19 ਸ਼ਹੀਦ ਪਰਿਵਾਰ ਅਸੀਂ ਲੱਭੇ, ਉਹਨਾਂ ਨੂੰ ਫਿਰ 1997 ਵਿੱਚ ਉੱਥੇ SGPC ਵੱਲੋਂ ਸਨਮਾਨਿਤ ਕਰਵਾਇਆ ਗਿਆ। ਫਿਰ ਉਸ ਬਾਰੇ ਸੋਚਿਆ ਸੀ ਵੀ ਮੈਂ ਇਹਦੇ 'ਤੇ ਕਿਤਾਬ ਲਿਖਾਂ, ਪਰ ਕੁਦਰਤੀ ਦਾਣਾ ਪਾਣੀ ਸੀ, ਇਸ ਤਰ੍ਹਾਂ ਉੱਥੋਂ ਉੱਠ ਗਿਆ ਅਤੇ ਮੈਂ ਨਿਊਯਾਰਕ ਆ ਗਿਆ 97 ਐਂਡ 'ਤੇ। ਅਤੇ ਉਸ ਤੋਂ ਬਾਅਦ ਅਸੀਂ ਦੁਬਾਰਾ ਸ਼ਹੀਦ ਪਰਿਵਾਰਾਂ ਨਾਲ ਕੰਟੈਕਟ ਕੀਤਾ ਅਤੇ 2014 'ਚ ਇਹਦੀ ਪਹਿਲੀ ਕਿਤਾਬ ਇਹ ਰਿਲੀਜ਼ ਕੀਤੀ ਇੰਗਲਿਸ਼ ਅਤੇ ਪੰਜਾਬੀ 'ਚ। ਅਤੇ ਮੇਰੇ ਬੇਟੇ ਜਪਜੋਤ ਸਿੰਘ ਜੋਸਨ ਨੇ ਇਹ 'ਤੇ 21 ਮਿੰਟ ਦੀ ਡਾਕੂਮੈਂਟਰੀ ਫਿਲਮ ਵੀ ਬਣਾਈ ਜੋ ਕਿ ਬ੍ਰਿਟਿਸ਼ ਆਰਮੀ 'ਚ ਵੀ ਦਿਖਾਈ ਗਈ। ਇਸ ਦੀ ਖੋਜ ਨੂੰ ਅੱਗੇ ਵਧਾਉਂਦੇ ਹੋਏ ਮੈਂ ਬ੍ਰਿਟਿਸ਼ ਆਰਮੀ ਗਿਆ, ਲੰਡਨ ਦੇ ਵਿੱਚ ਆ ਕੇ ਉੱਥੋਂ ਖੋਜ ਕੀਤੀ, ਲਾਇਬ੍ਰੇਰੀਆਂ 'ਚੋਂ ਪੁਰਾਣੇ ਰਿਕਾਰਡ ਕਢਾਏ ਇਹਨਾਂ 'ਤੇ। ਉਸ ਦੇ ਆਧਾਰ ਦੇ ਉੱਤੇ ਅਸੀਂ ਹੁਣ ਨਵੀਂ 2nd edition ਕਿਤਾਬ ਛਾਪ ਰਹੇ ਹਾਂ ਅਤੇ ਉਸ ਦੇ ਵਿੱਚ ਅਸੀਂ 21 ਪਰਿਵਾਰਾਂ ਦੇ ਜਿਹੜੇ ਅਸੀਂ 19 ਖੋਜ ਕੀਤੇ ਸੀ ਉਹਨਾਂ ਦੇ ਅਸੀਂ ਪੋਰਟਰੇਟ ਬਣਾ ਰਹੇ ਹਾਂ ਪਹਿਲੀ ਵਾਰੀ। ਅੱਜ ਤੱਕ ਕਿਸੇ ਕੋਲ ਉਹਨਾਂ ਦੀ ਪਿਕਚਰਸ ਨਹੀਂ, ਉਹ ਤਾਂ ਬਣਾ ਰਹੇ ਕਿਉਂਕਿ ਉਹਨਾਂ ਦੀਆਂ ਜੋ ਫੈਮਿਲੀਸ ਸੀ 4-5 ਜਨਰੇਸ਼ਨਸ ਅੱਗੇ ਆ ਗਈਆਂ ਉਹਨਾਂ ਦੇ ਫੀਚਰ ਲੈ ਕੇ ਉਹਨਾਂ ਦੀ ਬੈਕਗਰਾਊਂਡ ਉਹਨਾਂ ਦੇ ਦਾਦੇ ਪੜਦਾਦੇ ਦੀਆਂ ਉਹ ਬਣਾ ਰਹੇ। ਮੈਂ ਪੋਰਟਰੇਟਸ ਵਾਲੀ ਜਿਹੜੀ ਗੱਲ ਹੈ ਉਹਦੀ ਥੋੜ੍ਹੀ ਡਿਟੇਲਸ ਦੇ ਵਿੱਚ ਜ਼ਰੂਰ ਜਾਣਾ ਚਾਹੁੰਦਾ ਹਾਂ, ਪਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਪ੍ਰਾਇਮਰੀਲੀ ਇਤਿਹਾਸਕਾਰ ਹੋਣਾ ਗੁਰਿੰਦਰ ਸਿੰਘ ਜੋਸਨ ਦਾ ਕਿੱਤਾ ਨਹੀਂ ਹੈ। ਜੋਸਨ ਮਾਰਸ਼ਲ ਆਰਟ ਟੀਚਰ ਨੇ ਔਰ ਜਦੋਂ ਨਿਊਯਾਰਕ ਆਏ ਸੀ ਤੁਸੀਂ ਬੱਚਿਆਂ ਨੂੰ ਜੂਡੋ ਔਰ ਕਰਾਟੇ ਦੀ ਟ੍ਰੇਨਿੰਗ ਦੇ ਰਹੇ ਸੀਗੇ। ਸੋ
ਔਰ 5K ਰਨ ਵੀ ਇਹਨਾਂ ਨੇ ਲੌਂਗ ਆਈਲੈਂਡ ਦੇ ਵਿੱਚ ਪਹਿਲੀ ਕਰਾਈ ਹੈ। ਤਾਂ ਮਾਈ ਕੁਐਸਚਨ ਇਜ਼ ਕਿ ਰੋਜ਼ੀ ਰੋਟੀ ਕਮਾਉਣਾ ਜਿਹੜਾ ਅਮੈਰੀਕਾ ਤੁਹਾਨੂੰ ਕਿਤੇ ਵੀ ਇੱਕ ਇੱਕ ਬੁਰਕੀ ਨਹੀਂ ਫ੍ਰੀ ਦਿੰਦਾ, ਉਹ ਇੱਕ ਵੱਖਰਾ ਤਰੱਦਦ ਹੈ, ਬਾਲ ਬੱਚੇ ਵੀ ਪਾਲਣੇ ਆ। ਤਾਂ ਇਹ ਸਾਰੇ ਦੇ ਦੌਰਾਨ ਰਿਸਰਚ ਲਈ ਟਾਈਮ ਕਿੱਦਾਂ, ਕਦੋਂ ਅਤੇ ਕਿੰਨਾ ਕੁ ਮਹਿੰਗਾ ਮਿਲਦਾ ਆ? ਹਾਂਜੀ, ਇਹ ਤੁਹਾਡਾ ਕੁਐਸਚਨ ਬਹੁਤ ਇੰਟਰਸਟਿੰਗ ਹੈਗਾ ਜੀ। ਇਹ ਮੇਰੇ ਸ਼ੌਂਕ ਹੈਗੇ ਆ, ਸ਼ੁਰੂ ਤੋਂ ਮੈਂ ਕਰਾਟੇ ਕੋਚ ਸੀ ਇੰਡੀਆ, ਹਜ਼ਾਰਾਂ ਦੇ ਹਿਸਾਬ ਨਾਲ ਅੱਜ ਵੀ 5000 ਦੇ ਗਰੀਬ ਮੇਰੇ ਕੋਲ ਸਟੂਡੈਂਟ ਹੈ ਇੰਡੀਆ 'ਚ, ਇੰਡੀਆ ਦੀ ਕਰਾਟੇ ਫੈਡਰੇਸ਼ਨ ਦਾ ਮੈਂ ਪ੍ਰੈਜੀਡੈਂਟ ਹਾਂ। ਅਤੇ ਦੂਜੀ ਵੱਡੀ ਗੱਲ ਇਹ ਕਹਿ ਸਕਦੇ ਵੀ ਸਿੱਖਾਂ ਵਿੱਚ ਪਹਿਲਾ ਅੰਮ੍ਰਿਤਧਾਰੀ ਸਿੱਖ ਕੋਚ ਪੂਰੇ ਵਰਲਡ 'ਚ ਮੈਂ, ਜੋ ਕਿ ਵਰਲਡ ਦੀ ਬਾਡੀ ਦੇ ਵਿੱਚ ਇੱਕੋ ਇੱਕ ਸਰਦਾਰ ਪੱਗ ਬਣ ਕੇ ਉੱਥੇ ਜਾਂਦਾ ਜਪਾਨ ਦੀ ਬਾਡੀ 'ਚ। ਜਦੋਂ ਅਮੈਰੀਕਾ ਆਇਆ, ਇੱਥੇ ਆ ਕੇ ਬੱਚਿਆਂ ਨੂੰ ਕਰਾਟੇ ਟ੍ਰੇਨਿੰਗ ਸ਼ੁਰੂ ਕੀਤੀ ਪੂਰੇ ਅਮੈਰੀਕਾ 'ਚ ਵੱਖ ਵੱਖ ਜਗ੍ਹਾ 'ਤੇ, ਨਿਊ ਮੈਕਸੀਕੋ ਹਰਭਜਨ ਸਿੰਘ ਜੋਗੀ ਉਹਨਾਂ ਦੇ ਮੈਰੀਲੈਂਡ, ਅਸੀਂ ਕੈਂਪ ਲਾਈ ਦਾ ਵਰਜੀਨੀਆ, ਹਰ ਹਰ ਜਗ੍ਹਾ 'ਤੇ ਵੱਖਰੇ ਵੱਖਰੇ। ਅਤੇ ਨਿਊਯਾਰਕ 'ਚ ਪਹਿਲੇ ਸਿਰਫ ਅਪ ਸਟੇਟ ਕੈਂਪ ਲੱਗਦੇ ਸੀ, ਅਤੇ 1997 ਤੋਂ ਇੱਥੇ ਮੈਂ ਲੌਂਗ ਆਈਲੈਂਡ 'ਚ ਕੈਂਪ ਸ਼ੁਰੂ ਕੀਤੇ, ਫਿਰ ਅਸੀਂ ਹਿਕਸਵਿਲ ਕੀਤੇ, ਗਲੈਨਕੋਪ ਚੱਲਦਾ ਸੀ ਸਾਡਾ, ਰਿਚਮੰਡ 118 ਸਾਰੇ ਕਿਤੇ ਚੱਲੇ। ਅਤੇ ਅਗਲੀ ਗੱਲ, ਫਿਰ ਅਸੀਂ ਡਾਕਟਰ ਟੀਨਾ ਜੋ ਕਿ ਫੇਮਸ ਮੈਰਾਥਨ ਰਨਰ ਨੇ, ਉਹਨਾਂ ਨੇ 1991 ਵਿੱਚ ਰੇਸ ਦੌੜਨੀ ਸ਼ੁਰੂ ਕੀਤੀ ਸੀ, ਉਹਨਾਂ ਦੇ ਬੱਚੇ ਮੇਰੇ ਸਟੂਡੈਂਟ ਸੀ ਰਿਚਮੰਡ ਹਿੱਲ ਕਰਾਟੇ ਸਕੂਲ 'ਚ, ਉਹ ਬੱਚਿਆਂ ਨੂੰ ਛੱਡਣ ਆਉਂਦੇ ਸੀ, ਲਿਜਾਂਦੇ ਸੀ। ਫਿਰ ਉਹਨਾਂ ਨੇ ਕਿਹਾ ਵੀ ਤੂੰ ਪਤਲਾ ਜਿਹਾ ਹੈਗਾ ਅਤੇ ਮੇਰੇ ਨਾਲ ਸ਼ੁਰੂ ਕਰ, ਸਿੱਖ ਹੈਗਾ ਸਾਬਤ ਸੂਰਤ, ਦੌੜਨਾ ਸ਼ੁਰੂ ਕਰ। ਫਿਰ 1997 to 1998 ਅਸੀਂ ਮੈਰਾਥਨ ਸ਼ੁਰੂ ਕੀਤੀ, ਫਿਰ ਲਗਾਤਾਰ ਚੱਲਦੀ ਰਹੀ। ਉਸ ਤੋਂ ਬਾਅਦ ਸਾਡੇ 'ਚ ਮਨ 'ਚ ਵਿਚਾਰ ਆਇਆ ਵੀ ਅਸੀਂ ਕਿਉਂ ਗੋਰਿਆਂ ਦੀ ਰੇਸ ਦੌੜਦੇ, ਖੁਦ ਆਪਣੀ ਕਿਉਂ ਨਹੀਂ ਅਸੀਂ ਕਰ ਸਕਦੇ। ਫਿਰ ਅਸੀਂ ਦੋਨਾਂ ਨੇ ਰਲ ਕੇ, ਭਰਾ ਜੀ ਵੀ ਨਾਲ ਸਾਡੇ ਨਾਲ ਰਲੇ, ਅਸੀਂ ਵਿਸਾਖੀ 5K ਸ਼ੁਰੂ ਕੀਤੀ, ਜੋ ਕਿ ਹੁਣ ਲਗਾਤਾਰ ਅਸੀਂ 4 ਕਰਾ ਚੁੱਕੇ ਹਾਂ। ਅਤੇ ਇਸ ਸਾਲ ਤੋਂ ਅਸੀਂ ਲੌਂਗ ਆਈਲੈਂਡ ਦੇ ਵਿੱਚ ਵੀ ਫਸਟ ਲੌਂਗ ਆਈਲੈਂਡ 5K ਰਨ ਕਰਾਈ ਹੈ। ਅਸੀਂ ਛੋਟੇ ਜਿਹੇ ਵਕਫੇ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜਿਹੜੇ ਸ਼ਹੀਦ ਸਿੰਘ ਸੀਗੇ ਉਹਨਾਂ ਦੀ ਕੋਈ ਫੋਟੋ ਨਹੀਂ ਸੀ, ਕੋਈ ਸ਼ਕਲ ਨਹੀਂ ਸੀ, ਨਾ ਹੀ ਸਾਰਾਗੜੀ ਦਾ ਕੋਈ ਮਾਡਲ ਮੌਜੂਦ ਹੈ ਹਿਸਟੋਰੀਕਲੀ ਸਾਡੇ ਕੋਲ। ਸੋ ਉਹਨਾਂ ਦੇ ਉੱਤੇ ਕਿੱਦਾਂ, ਕਿੰਨਾ ਕੰਮ ਹੋਇਆ, ਕਿਹੜੇ ਆਰਟਿਸਟਾਂ ਦੀ ਮਦਦ ਲਈ ਗਈ, ਕੀ ਕੁਛ ਹੋਇਆ, ਉਹਦੇ ਬਾਰੇ ਗੱਲ ਕਰਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ। ਬ੍ਰੇਕ ਤੋਂ ਬਾਅਦ ਸਿਲਸਿਲਾ ਫਿਰ ਜਾ ਰਹੀ ਹੈ, ਗੁਰਿੰਦਰ ਸਿੰਘ ਜੋਸਨ ਹੋਰਾਂ ਦੇ ਨਾਲ ਮੁਲਾਕਾਤ ਦਾ ਅਸੀਂ ਗੱਲ ਕਰ ਰਹੇ ਹਾਂ। ਸਾਰਾਗੜੀ ਦੀ ਲੜਾਈ ਦੇ ਜੋ ਇਤਿਹਾਸ ਦੀ ਰਿਸਰਚ ਕਰਨਾ ਔਰ ਉਸ ਦੇ ਸੰਬੰਧੀ ਜਿਹੜੇ ਸ਼ਹੀਦ ਸਿੰਘ ਸੀਗੇ ਉਹਨਾਂ ਦੇ ਪੋਰਟਰੇਟ ਤੱਕ ਬਣਾਏ ਗਏ ਨੇ ਇਸ ਵਾਰ ਜਿਹੜੇ ਸੈਲੀਬ੍ਰੇਸ਼ਨਸ ਹੋਣੇ, ਸੈਲੀਬ੍ਰੇਸ਼ਨਸ ਦੀ ਡਿਟੇਲ ਜਾਂ ਯਾਦਗਾਰੀ ਸਮਾਗਮ ਜਿਹੜੇ ਹੋਣੇ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ ਦੱਸਾਂਗੇ। ਪਰ ਉਸ ਤੋਂ ਪਹਿਲਾਂ ਭਾਅ ਜੀ, ਬੇਸ਼ੱਕ ਤੁਸੀਂ ਪਰਿਵਾਰਾਂ ਦੇ ਨਾਲ ਉਹਨਾਂ ਦੀਆਂ ਸ਼ਕਲਾਂ ਦੇਖ ਕੇ ਪੋਰਟਰੇਟਸ ਬਣਾਉਣ ਦੀ ਕੋਸ਼ਿਸ਼ ਕਰੋ, ਪਰ ਫਿਰ ਵੀ ਇਮੈਜੀਨੇਸ਼ਨ ਦਾ ਪੱਧਰ ਬਹੁਤ ਜ਼ਬਰਦਸਤ ਚਾਹੀਦਾ, ਕ੍ਰੀਏਟਿਵ ਇਨਸਾਨ ਚਾਹੀਦਾ ਆ। ਸੋ ਕਿਹੜੇ ਆਰਟਿਸਟਾਂ ਦੀ ਮਦਦ ਲਈ ਕਿੱਦਾਂ ਉਹ ਕੰਮ ਹੋਇਆ ਜੀ? ਉਹਦੇ ਵਿੱਚ ਅਸੀਂ ਸਾਰਾਗੜੀ ਫਾਊਂਡੇਸ਼ਨ ਬਣਾਈ ਹੋਈ ਹੈ ਇੰਡੀਆ 'ਚ, ਉਹਦੇ ਮੈਂਬਰ ਇੱਥੇ ਵੀ ਹੈਗੇ ਕੁਛ, ਅਤੇ ਇਹ ਸਾਰਾ ਕੋਈ ਸਿਕਸ ਇਨ ਅਮੈਰੀਕਾ ਸਾਡੀ ਸੰਸਥਾ ਉਹਦੇ ਅਧੀਨ ਚੱਲਦਾ, ਚਾਹੇ ਅਸੀਂ ਰੇਸ ਕਰਾਈਏ, ਚਾਹੇ ਬੁੱਕਸ ਲਿਖੀਏ, ਸਾਰਾ ਕੁਛ ਉਹਦੇ ਵੱਲੋਂ ਕਰਦੇ। ਅਤੇ ਉੱਥੇ ਸਭ ਤੋਂ ਪਹਿਲੇ ਮੇਰੀ ਮੁਲਾਕਾਤ ਇੱਕ PhD ਸਟੂਡੈਂਟ ਨਾਲ ਹੋਈ, ਤਰਨਵੀਰ ਸਿੰਘ ਬੈਨੀਪਾਲ, ਉਹਨਾਂ ਨੇ ਫੇਸਬੁੱਕ 'ਤੇ ਮੇਰੇ ਨਾਲ ਕੰਟੈਕਟ ਕੀਤਾ। ਉਹ ਰਿਸਰਚ ਕਰ ਰਹੇ ਸੀ ਸਾਰਾਗੜੀ 'ਤੇ ਆਪਣਾ ਥੀਸਿਸ ਸਬਮਿਟ ਕਰਾਉਣ ਲਈ, ਉਹਨਾਂ ਨੂੰ ਕਿਤੇ ਕੁਛ ਨਹੀਂ ਮਿਲ ਰਿਹਾ ਸੀ। ਫਿਰ ਉਹ ਰੈਜੀਮੈਂਟ ਕੋ ਗਏ, 4 ਸਿੱਖ ਰੈਜੀਮੈਂਟ ਕੋ, ਉਹਨਾਂ ਨੇ ਕਿਹਾ ਜੀ ਇੱਕੋ ਇੱਕ ਬੰਦਾ ਗੁਰਿੰਦਰਪਾਲ ਸਿੰਘ, ਉਹ ਕੋਲ ਚੱਲ ਜਾ, ਉਹ ਕੋਲ ਸਭ ਕੁਛ ਮਿਲ ਜਾਏਗਾ। ਉਹਨਾਂ ਨੇ ਫੇਸਬੁੱਕ 'ਤੇ ਕੰਟੈਕਟ ਕੀਤਾ, ਫਿਰ ਉਹਨਾਂ ਨੂੰ ਮੈਂ ਸਾਰੀ ਡਿਟੇਲ ਦਿੱਤੀ, ਉਹਨਾਂ ਨੇ ਸਬਮਿਟ ਕੀਤਾ। ਪ੍ਰੋਫੈਸਰ ਬਹੁਤ ਖੁਸ਼ ਹੋਏ, ਇੰਨੀ ਰਿਸਰਚ ਕਿੱਥੋਂ ਮਿਲੀ ਤੈਨੂੰ? ਫਿਰ ਉਸਨੂੰ ਉਹਦਾ ਮੈਂ ਦੇਖ ਕੇ ਡੈਡੀਕੇਸ਼ਨ ਉਸ ਮੁੰਡੇ ਦੀ, ਉਹਨੂੰ ਮੈਂ ਕਿਹਾ ਵੀ ਤੂੰ ਮੇਰੇ ਨਾਲ ਸਾਰਾਗੜੀ ਫਾਊਂਡੇਸ਼ਨ 'ਚ ਆ ਜਾ, ਇਹ ਮੇਰੇ ਪ੍ਰੋਜੈਕਟ ਆ, ਅਤੇ ਇਹ ਕੰਮ ਮੈਂ ਕਿਸੇ ਕੋਲੋਂ ਕਰਵਾਉਣਾ ਸੀ, ਪਰ ਉਹਨੂੰ ਸਮਝਾਉਣ ਵਾਸਤੇ ਮੈਨੂੰ ਕਾਫੀ ਟਾਈਮ ਲੱਗਣਾ, ਤੂੰ ਖੁਦ ਖੋਜੀ ਹੈਗਾ ਅਤੇ ਤੂੰ ਜਿਹੜੀ ਚੀਜ਼ ਤੈਨੂੰ ਮੈਂ ਸਮਝਾਵਾਂਗਾ ਤੂੰ ਕੁਇਕ ਪਿੱਕ ਕਰੇਗਾ। ਉਹਨੇ ਆਪਣੇ ਟੀਚਰ ਨਾਲ ਗੱਲ ਕੀਤੀ, ਔਰ ਜਗਦੀਪ ਸਿੰਘ ਬਿੱਲੀ ਜੀ ਹੈਗੇ ਆ, ਉਹਨਾਂ ਨੂੰ ਸਾਰੀ ਚੀਜ਼ ਇਹ ਸਮਝਾਈ, ਉਹ ਕਹਿੰਦੇ ਪ੍ਰੋਜੈਕਟ ਤਾਂ ਬਹੁਤ ਔਖਾ ਵਾ ਪਰ ਮੈਂ ਤੁਹਾਡੀ ਪੂਰੀ ਹੈਲਪ ਕਰਾਂਗਾ। ਅਤੇ ਅਸੀਂ ਸਾਰਾ ਪ੍ਰੋਜੈਕਟ ਉਹਨਾਂ ਨੂੰ ਸਮਝਾਇਆ, ਉਹਨਾਂ ਦੇ ਫੀਚਰ ਡਰਾ ਕਰਕੇ, ਸਭ ਤੋਂ ਪਹਿਲੇ ਤਾਂ ਅਸੀਂ ਪੋਰਟਰੇਟ ਦੀ ਗੱਲ ਕਰੀ, ਉਹ ਫਿਰ ਫੈਮਿਲੀਜ਼ 'ਚੋਂ ਉਹਨਾਂ ਦੀ ਮੈਂ ਉਹਨਾਂ ਨੂੰ ਦੱਸਿਆ ਵੀ ਕਿਹੜੇ ਫੈਮਿਲੀ ਮੈਂਬਰ ਦੀਆਂ ਅੱਖਾਂ ਯੂਜ਼ ਕਰੋ, ਨੱਕ ਕਰੋ, ਮਤਲਬ ਪੂਰੇ ਫੀਚਰ ਯੂਜ਼ ਕਰਕੇ ਇੱਦਾਂ ਦੀ ਚੀਜ਼ ਬਣਾਓ। ਉਹ ਫਿਰ ਉਹਨਾਂ ਨੇ ਹੌਲੀ ਹੌਲੀ ਬਣਾ ਕੇ ਉੱਥੋਂ ਭੇਜੀਆਂ, ਉਹਨਾਂ ਨੂੰ ਕਈਆਂ ਨੂੰ ਮੈਂ ਫਿਰ ਮੋਡੀਫਾਈ ਕਰਾਇਆ ਵੀ ਇੱਦਾਂ ਦੀ ਲੁੱਕ ਨਹੀਂ, ਇੱਦਾਂ ਦੀ ਹੋਣੀ ਚਾਹੀਦੀ ਹੈ। ਸੋ ਤੁਹਾਨੂੰ ਕਿੱਦਾਂ ਪਤਾ ਸੀ ਕੀ ਚਾਹੀਦਾ ਹੈ? ਕੁਦਰਤੀ, ਇਹ ਕੁਦਰਤੀ ਲਿੰਕ ਕਰ ਸਕਦੇ ਵੀ ਰੱਬ ਵੱਲੋਂ ਹੀ ਫੁਰਨੇ ਫੁਰਦੇ ਸੀ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਆ। ਇਮੈਜੀਨੇਸ਼ਨ ਦਿਮਾਗ 'ਚ, ਕਿਉਂਕਿ ਇੰਨੇ ਸਾਲਾਂ ਮੈਨੂੰ 30 ਸਾਲ ਤੋਂ ਜ਼ਿਆਦਾ ਹੋ ਗਏ ਇਹਨਾਂ ਨਾਲ ਅਟੈਚਮੈਂਟ, ਅਤੇ ਉਹ ਕੁਦਰਤੀ ਜਦੋਂ ਇਸ ਕੰਮ 'ਚ ਮੈਂ ਲੱਗਦਾ ਫਿਰ ਪੂਰੀ ਕਾਇਨਾਤ 'ਚੋਂ ਖੁਦ ਆਪੇ ਹੀ ਸਾਡੀ ਹੈਲਪ ਹੁੰਦੀ ਹੈ। ਮਨ ਉਸ ਹਾਂਜੀ ਉਹ ਮਨ 'ਚ ਫੁਰਨਾ ਜਾਂਦਾ ਵੀ ਇਹ ਚੀਜ਼ ਗਲਤ ਆ, ਇਹਨੂੰ ਇਸ ਤਰ੍ਹਾਂ ਠੀਕ ਕਰ। ਔਰ ਇਹਦੇ ਨਾਲ ਹੀ ਤੁਸੀਂ, ਕਿਉਂਕਿ ਸਾਰਾਗੜੀ ਦਾ ਵੀ
ਤਬਾਹੀ ਤੋਂ ਪਹਿਲਾਂ ਦੀ ਕੋਈ ਫੋਟੋਗ੍ਰਾਫ ਨਹੀਂ ਹੈ, ਕੋਈ ਮਾਡਲ ਨਹੀਂ ਹੈ, ਸੋ ਉਹ ਵੀ ਇੱਕ ਇਮੈਜੀਨੇਸ਼ਨ ਦਾ ਹਿੱਸਾ ਰਿਹਾ ਆ ਜਾਂ ਉਹਦੇ 'ਚ ਜਿਹੜੀ ਬ੍ਰਿਟਿਸ਼ ਰੈਜੀਮੈਂਟ ਹੈ 36th ਰੈਜੀਮੈਂਟ ਹੈ ਉਹਦੀ ਹਿਸਟਰੀ ਦੇ ਨਾਲ ਕੁਛ ਮਿਲਿਆ? ਹਾਂਜੀ, ਨਹੀਂ ਉਸ ਦੇ ਵਿੱਚ ਉੱਥੇ 2 ਕਿਲੇ ਹੈਗੇ ਆ ਜੇ ਵੀ, ਉੱਥੇ 120 ਸਾਲ ਤੋਂ ਕੋਈ ਜਾ ਨਹੀਂ ਸਕਿਆ, ਪਰ ਮੈਂ ਕਿਉਂਕਿ ਜਦੋਂ ਦੱਸੀਦਾ ਨਾ ਇਸ ਪਾਸੇ ਅਸੀਂ ਲਗਨ ਲਾਈਏ ਕੋਈ ਨਾ ਕੋਈ ਕੰਮ ਕਰੀਏ ਅਤੇ ਰੱਬ ਕੁਦਰਤੀ ਆਪੇ ਸਾਥ ਬਣਾਉਂਦਾ। ਫੇਸਬੁੱਕ 'ਤੇ ਮੈਨੂੰ ਪਾਕਿਸਤਾਨ 'ਚੋਂ ਕੁਛ ਫਰੈਂਡਸ ਮਿਲਣੇ ਸ਼ੁਰੂ ਹੋ ਗਏ, ਉਹਨਾਂ ਨਾਲ ਮੈਂ ਸ਼ੇਅਰ ਕੀਤਾ ਵੀ ਆਹ ਜਗ੍ਹਾ 'ਤੇ ਕੋਈ ਜਾ ਕੇ ਮੇਰੇ ਲਈ ਫੋਟੋਗ੍ਰਾਫਸ ਭੇਜ ਸਕਦਾ? ਉਹ ਕਹਿੰਦੇ ਜੀ ਉਹ ਵਾਰ ਜ਼ੋਨ ਹੈਗਾ, ਉੱਥੇ ਕੋਈ ਨਹੀਂ ਜਾ ਸਕਦਾ। ਫਿਰ ਮੇਰਾ ਇੱਕ ਹੋਰ ਫਰੈਂਡ ਬਣਿਆ ਜੀ, ਉਹ ਖੁਦ ਉੱਥੋਂ ਦੀ ਆਰਮੀ ਦਾ ਮੇਜਰ ਜਨਰਲ ਸੀ, ਉਸ ਨਾਲ ਮੇਰਾ ਪਿਆਰ ਬਣਿਆ, ਉਹ ਲੰਡਨ 'ਚ ਅੱਜ ਕੱਲ੍ਹ। ਉਹਨਾਂ ਨਾਲ ਗੱਲਬਾਤ ਅੱਗੇ ਚੱਲਦੀ ਰਹੀ ਚੱਲਦੀ ਰਹੀ, ਫਿਰ ਉਹਨਾਂ ਨੇ ਕਿਹਾ ਵੀ ਠੀਕ ਹੈ ਤੂੰ ਆਪਣੇ ਦਿਲੋਂ ਕੰਮ ਕਰਦਾ, ਇਹ ਤੇਰੇ ਲਈ ਮੈਂ ਮਦਦ ਕਰ ਸਕਦਾ। ਉਹਨਾਂ ਨੇ ਆਪਣੇ ਦੋਸਤ ਨੂੰ ਭੇਜਿਆ ਜੋ ਕਿ ਉੱਥੇ ਜਾ ਕੇ ਪਿਛਲੇ ਸਾਲ ਮਾਰਚ ਦੇ ਵਿੱਚ ਉਹਨੇ ਸਾਰੇ ਫੋਟੋਗ੍ਰਾਫ ਸਾਨੂੰ ਭੇਜ ਦਿੱਤੇ। ਉਹ ਫੋਟੋਗ੍ਰਾਫਸ ਦੇ ਆਧਾਰ ਦੇ ਉੱਤੇ ਅਸੀਂ ਹੁਣ ਸਾਰਾਗੜੀ ਦਾ ਮਾਡਲ ਬਣਾ ਰਹੇ ਹਾਂ, ਯੂਨਿਟ ਛੋਟਾ ਜਿਹੜਾ। ਹਾਂਜੀ ਜੀ ਜੀ, ਪੂਰੀ ਸਾਰਾਗੜੀ ਦੀ ਲੜਾਈ ਤੋਂ ਪਹਿਲਾਂ ਦੀ ਜਿਹੜੀ ਚੌਂਕੀ ਕਿੱਦਾਂ ਦੀ ਸੀ, ਦੋਨੋਂ ਪਹਾੜ ਕਿਸ ਤਰ੍ਹਾਂ ਸੀ, 1.5 ਮੀਲ ਉਹ ਦੂਰ ਸੀ, ਦੂਸਰਾ 1.25 ਮੀਲ ਹੋ ਰਹੀ, ਲੋਕੇਸ਼ਨ ਕਿੱਦਾਂ, A to Z ਐਗਜੈਕਟ ਬਣਾ ਰਹੇ, ਬੈਰਕਾਂ ਕਿੱਦਾਂ ਸੀ, ਕਿਹੜੇ ਸਿੱਖ ਕਿੱਦਾਂ ਰਹਿੰਦੇ, ਉਹਨਾਂ ਦੀ ਕਿਚਨ ਕਿੱਦਾਂ ਸੀ, ਬਾਥਰੂਮ ਕਿੱਦਾਂ, A to Z ਅਸੀਂ ਪਰਫੈਕਟ ਬਣਾ ਰਹੇ ਹਾਂ। ਬਹੁਤ ਬਹੁਤ ਇੰਟਰਸਟਿੰਗ ਕੰਮ ਜਿਹੜਾ ਹੋ ਰਿਹਾ। ਇੱਕ ਆਰਕੀਟੈਕਟ ਜਿਹੜਾ ਆ ਉਹ ਕਿਸੇ ਨੂੰ ਪੁੱਛਦਾ ਤੈਨੂੰ ਕੀ ਚਾਹੀਦਾ ਤਾਂ ਫਿਰ ਬਣਾਉਂਦਾ ਹੈ, ਅਤੇ ਤੁਸੀਂ ਜੋ ਗਿਆ ਬੀਤ ਗਿਆ 125 ਸਾਲ ਪੁਰਾਣਾ ਜਿਹਦਾ ਕੋਈ ਬਲੂ ਪ੍ਰਿੰਟ ਨਹੀਂ ਹੈ ਉਹਦੇ 'ਤੇ ਕੰਮ ਕਰ ਰਹੇ ਹੋ, ਦੈਟਸ ਬਿਊਟੀਫੁਲ। ਔਰ ਜਿਹੜੀ ਗੱਲ ਮੈਂ ਹੋਰ ਜਾਣਨਾ ਚਾਹੁੰਦਾ, ਬਹੁਤ ਸਾਰੀਆਂ ਫਿਲਮਾਂ ਸਾਰਾਗੜੀ ਦੇ ਉੱਤੇ ਸ਼ੁਰੂ ਹੋਈਆਂ ਨੇ, ਪਰ ਇਸ ਤਰ੍ਹਾਂ ਦਾ ਕੰਮ ਪਹਿਲਾਂ ਉਦੋਂ ਹੋਇਆ ਸੀ ਜਦੋਂ ਸ਼ਹੀਦ ਭਗਤ ਸਿੰਘ 'ਤੇ 5 ਫਿਲਮਾਂ ਬਣੀਆਂ ਸੀ, ਅਤੇ ਉਹਨਾਂ 'ਚੋਂ 4 ਦੇ ਉੱਤੇ ਸਵਾਲ ਉੱਠ ਗਿਆ ਸੀ ਕਿ ਇਹਦੇ ਵਿੱਚ ਹਿਸਟਰੀ ਨਹੀਂ ਹੈ, ਇਹਦੇ 'ਚ ਹਿਸਟੋਰੀਕਲ ਕੰਟੈਕਸਟ ਨਹੀਂ ਹੈਗਾ, ਅਤੇ ਜਿਹੜੀ ਅਸਲੀਅਤ ਹੈ ਉਹ ਸ਼ਾਇਦ ਇੱਕ ਅੱਧੇ ਰਿਸਰਚਰ ਨੇ ਕਿਤੇ ਕੱਢੀ ਸੀ। ਤੁਹਾਨੂੰ ਲੱਗਦਾ ਕਿ ਇਸ ਵੇਲੇ ਹੁਣ 4 ਫਿਲਮਾਂ ਬਣ ਰਹੀਆਂ ਨੇ ਸਾਰਾਗੜੀ ਦੇ ਨਾਮ ਦੇ ਉੱਤੇ? ਅਫਕੋਰਸ ਕਿਸੇ ਦੇ ਉੱਤੇ ਕਿਸੇ ਦਾ ਕਾਪੀਰਾਈਟ ਨਹੀਂ ਹੈ ਜੇ ਕੋਈ ਕਿੱਦਾਂ ਕੰਮ ਕਰਨਾ ਚਾਹੁੰਦਾ ਆ, ਪਰ ਕੋਈ ਇੱਦਾਂ ਦੀ ਅਸ਼ੋਰੈਂਸ ਕਿਸੇ ਪਾਸਿਓਂ ਆਈ ਹੈ ਕਿ ਉਹ ਥੋਰੋ ਰਿਸਰਚ 'ਤੇ ਬੇਸਡ ਕੰਮ ਕਰਨਗੇ? ਹਾਂਜੀ, ਉਹਨਾਂ 'ਚੋਂ ਜਿਹੜੇ ਹੁਣੇ ਜਗਦੀ ਹੁੱਡਾ ਜੀ ਦੀ ਬਣ ਰਹੀ ਫਿਲਮ, ਉਹਨਾਂ ਨੇ ਮੇਰੇ ਨਾਲ ਡਿਸਕਸ ਕੀਤੀ ਸੀ, ਉਹਨਾਂ ਨੂੰ ਮੈਂ ਆਪਣੀ ਰਿਸਰਚ ਭੇਜ ਦਿੱਤੀ, ਉਹ ਚਾਹੁੰਦੇ ਸੀ ਮੈਂ ਉਹਨਾਂ ਦੇ ਨਾਲ ਆ ਕੇ ਉੱਥੇ ਐਜ਼ ਏ ਅਸਿਸਟ ਕਰਾਂ, ਪਰ ਅਮੈਰੀਕਾ 'ਚ ਬਿਨਾਂ ਕੰਮ ਕੀਤੇ ਅਸੀਂ ਕਿੱਦਾਂ ਉੱਥੇ ਜਾ ਸਕਦੇ ਹਾਂ? 2-3 ਮਹੀਨੇ ਦਾ ਪ੍ਰੋਜੈਕਟ ਆ, ਲਗਾਤਾਰ ਜੋਬ ਤੋਂ ਛੁੱਟੀ ਮਿਲਣੀ ਨਹੀਂ ਸੀ, ਇੱਥੇ ਆਵਾਂਗੇ ਜੋਬ ਨਹੀਂ ਮਿਲੇਗੀ। ਉਹਨਾਂ ਨੂੰ ਫਿਰ ਮੈਂ ਆਪਣੀ ਸਾਰੀ ਰਿਸਰਚ ਭੇਜ ਦਿੱਤੀ, ਸਾਰੀ ਡਿਟੇਲ ਦੇ ਦਿੱਤੀ, ਪਲੱਸ ਉਹਨਾਂ ਦੇ ਜਿਹੜੇ 21 ਸਿੱਖਾਂ 'ਚੋਂ ਮੈਂ ਰਿਕੁਐਸਟ ਕੀਤੀ ਸੀ ਵੀ ਕੋਸ਼ਿਸ਼ ਕਰੋ ਅਸਲੀ ਸਰਦਾਰ ਲਓ, ਫਿਰ ਉਹਨਾਂ ਨੇ ਪੰਜਾਬ 'ਚੋਂ ਸਰਦਾਰ ਸਿੱਖ ਮੁੰਡੇ ਲਏ, ਉਹਨਾਂ ਦੇ ਨਾਲ ਮੈਂ ਸਿੱਧੀ ਗੱਲਬਾਤ ਕਰਕੇ ਉਹਨਾਂ ਨੂੰ ਡਿਟੇਲਸ ਦੱਸੀ ਕਿੱਦਾਂ ਲੜਾਈ ਸੀ, ਕਿੱਦਾਂ ਤੁਸੀਂ ਬਣਨਾ, ਉਹਨਾਂ ਨੇ ਫਿਰ ਡਾਇਰੈਕਟਰ ਨੂੰ ਸਮਝਾਇਆ ਅਤੇ ਉਸ ਆਧਾਰ 'ਤੇ ਫਿਲਮ ਬਣ ਰਹੀ। ਇਸ ਤੋਂ ਬਿਨਾਂ ਜਿਹੜੇ ਦੂਸਰੇ ਹੋਰ ਡਾਇਰੈਕਟਰ ਹੈਗੇ ਸੀ, ਸੰਜੇ ਦੱਤ ਨੂੰ ਲੈ ਕੇ ਫਿਲਮ ਬਣਾ ਰਹੇ, ਅਕਸ਼ੇ ਕੁਮਾਰ ਨੂੰ ਲੈ ਕੇ ਬਣਾ ਰਹੇ, ਉਹਨਾਂ ਨੂੰ ਵੀ ਦੇ ਦਿੱਤੀ ਸਾਰੀ ਡਿਟੇਲ। ਮੈਂ ਕਿਹਾ ਵੀ ਮੈਂ ਖੁਦ ਨਹੀਂ ਆ ਸਕਦਾ, ਪਰ ਤੁਹਾਨੂੰ ਜੋ ਚੀਜ਼ ਚਾਹੀਦੀ ਮੈਂ ਹਰ ਚੀਜ਼ ਪ੍ਰੋਵਾਈਡ ਕਰਾਂਗਾ ਜੀ। ਤੁਹਾਨੂੰ ਲੱਗਦਾ ਕਿ ਜਦੋਂ ਗੱਲ 21 ਦੀ ਹੈ ਤਾਂ ਕਿਸੇ ਇੱਕ ਸਪੈਸ਼ਲੀ ਵੱਡੇ ਸਟਾਰ ਨੂੰ ਲੈ ਕੇ ਮੂਵੀ ਬਣਾਈ ਜਾਣੀ ਉਹ ਸ਼ਾਇਦ ਕੰਟੈਕਸਟ ਨੂੰ ਵੀਕ ਕਰ ਦੇਗੀ, ਅਤੇ ਕੈਰੈਕਟਰ ਜਸਟੀਫਿਕੇਸ਼ਨ ਜਿਹੜੀ ਉਹ 20-21 ਦੇ ਵਿੱਚੋਂ ਘੱਟੋ ਘੱਟ 7-8-10 ਦੀ ਹੋਣੀ ਜ਼ਿਆਦਾ ਜ਼ਰੂਰੀ ਹੈ। ਹਾਂਜੀ, ਇਹ ਸਾਰਾਗੜੀ ਦੀ ਲੜਾਈ 21 ਦਾ ਹੀ ਸਪੈਸ਼ਲ ਰੋਲ ਸੀ, ਅਤੇ ਜੇ ਵੱਡੇ ਸਟਾਰ ਨੂੰ ਇੱਕ ਨੂੰ ਮੇਨ ਲੈਣਗੇ ਤਾਂ ਬਾਕੀ ਵੀ ਉਹਨਾਂ ਨੂੰ ਅਸਿਸਟੈਂਟ ਸਟਾਰ ਵੀ ਵੱਡੇ ਲੈਣੇ ਪੈਣਗੇ, ਤਾਂ ਇਹ ਫਿਲਮ ਜਿੱਦਾਂ 300 ਅਮੈਰੀਕਾ 'ਚ ਬਣੀ ਸੀ ਉਸ ਲੈਵਲ ਦੀ ਬਣ ਸਕਦੀ ਆ ਬਾਰਡਰ ਵਰਗੀ ਜੀ। ਸੋ ਬਹੁਤ ਇੰਪੋਰਟੈਂਟ ਇਨਪੁੱਟ ਜਿਹੜੀ ਤੁਸੀਂ ਦੇ ਰਹੇ ਹੋ। ਅਸੀਂ ਛੋਟੇ ਜਿਹੇ ਵਕਫੇ ਦੇ ਲਈ ਦੁਬਾਰਾ ਫਿਰ ਰੁਕਦੇ ਹਾਂ, ਅਸੀਂ ਵਾਪਸ ਆਵਾਂਗੇ ਇਸੇ ਸਾਲ ਦੇ ਆਖਰੀ ਹਿੱਸੇ ਦੇ ਵਿੱਚ ਜਿਹੜੇ ਆ ਸਾਰਾਗੜੀ ਦੇ ਯਾਦਗਾਰੀ ਇਵੈਂਟਸ ਹੋ ਰਹੇ ਨੇ ਪੰਜਾਬ ਦੇ ਵਿੱਚ, ਕੀ ਕੁਛ ਉੱਚ ਯੋਜਨਾ ਬਣਾਈ ਗਈ ਹੈ, ਕਿੱਦਾਂ ਕਿੱਦਾਂ ਕੀਤਾ ਜਾਣਾ ਹੈ, ਉਸ ਬਾਰੇ ਜਾਣਕਾਰੀ ਲਵਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਗੁਰਿੰਦਰ ਸਿੰਘ ਜੋਸਨ ਦੇ ਨਾਲ ਖਾਸ ਮੁਲਾਕਾਤ ਦਾ ਸਿਲਸਿਲਾ ਫਿਰ ਜਾਰੀ ਹੈ। ਜੋਸਨ ਭਾਅ ਜੀ, ਇੱਕ ਮੇਰਾ ਸਵਾਲ ਪਹਿਲਾਂ ਅਧੂਰਾ ਰਹਿ ਗਿਆ ਸੀ, ਜਿਹਦਾ ਤੁਸੀਂ ਕੁਛ ਪਾਰਟ ਕਹਿ ਦਿੱਤਾ ਹੈ ਕਿ 3 ਮਹੀਨੇ ਲਈ ਕੰਮ ਛੱਡ ਕੇ ਤੁਸੀਂ ਇੰਡੀਆ ਜਾ ਕੇ ਮੂਵੀ ਦਾ ਹਿੱਸਾ ਨਹੀਂ ਬਣ ਸਕਦੇ, ਪਰ ਰਿਸਰਚਸ ਵਾਸਤੇ ਵੀ ਬਹੁਤ ਸੈਕਰੀਫਾਈ ਕਰਨਾ ਪੈਂਦਾ ਆ, ਸੋ ਮੈਂ ਉਹੀ ਜਾਣਨਾ ਚਾਹੁੰਦਾ ਕਿ ਫਾਈਨੈਂਸ਼ੀਅਲ ਕੰਪਨਸੇਸ਼ਨ ਹਾਲ ਤੱਕ ਇਹ 'ਚ ਕੋਈ ਨਹੀਂ ਹੈ, ਸੋ ਕਿੰਨੀ ਇਨਵੈਸਟਮੈਂਟ ਹੋ ਰਹੀ ਤੁਹਾਡੀ ਟਾਈਮ, ਪੈਸਾ, ਫੈਮਿਲੀ ਲਾਈਫ? ਹਾਂਜੀ, ਇਨਵੈਸਟਮੈਂਟ ਤੇਰੇ 'ਚ ਕਾਫੀ ਹੋ ਚੁੱਕੀ, ਇਸੇ ਕਰਕੇ ਮੈਂ 2 ਜੋਬਾਂ ਕਰਦਾ, 1 ਜੋਬ ਦੇ ਨਾਲ ਘਰ ਦੇ ਖਰਚੇ ਚੱਲਦੇ, ਦੂਸਰੀ ਜੋਬ ਨਾਲ ਜੋ ਕੁਛ ਬਚਦਾ ਉਹ ਮੈਂ ਸਾਰਾ ਇਹਨੂੰ ਡੈਡੀਕੇਟ ਕਰਦਾ, ਇਸ ਕੰਮ 'ਤੇ ਲਾ ਦਿੰਦਾ। ਜਿੱਥੋਂ ਪਹਿਲੀ ਵਾਰੀ 2014 'ਤੇ ਡਾਕੂਮੈਂਟਰੀ ਬਣਾਈ, ਰਿਸਰਚ ਕੀਤੀ, ਲੰਡਨ ਕਾਫੀ ਫੇਰੇ ਲਏ, ਕਨੇਡਾ ਤੱਕ ਫੈਮਲੀਆਂ ਨੂੰ ਲੱਭਿਆ, ਟੋਟਲ $20,000-$25,000 ਖਰਚੇ ਆਏ 'ਤੇ, ਅਤੇ ਕਿਤਾਬਾਂ ਬੁੱਕਸ ਪਾ ਕੇ ਫਰੀ ਵੰਡੀਆਂ ਸੀ ਇੰਡੀਆ 'ਚ। ਉਸ ਸਮੇਂ ਅਸੀਂ 13 ਜਣੇ ਬ੍ਰਿਟਿਸ਼ ਆਰਮੀ ਦੇ ਬੁਲਾਏ ਸੀ ਜੋ ਕਿ ਲੰਡਨ ਤੋਂ ਆਏ ਸੀ, ਉਹਨਾਂ ਨੇ ਸਪੈਸ਼ਲ ਵਿਜਿਟ ਕੀਤੀ, 4 ਦਿਨ ਪ੍ਰੋਗਰਾਮ ਚੱਲਦੇ ਰਹੇ ਉੱਥੇ, ਅਤੇ ਉਸ ਦੇ ਵਿੱਚ ਇੰਡੀਆ ਤੋਂ ਜਨਰਲ ਜੇ ਸਿੰਘ ਜੀ ਨੇ ਪਾਰਟੀਸਪੇਟ ਕੀਤਾ ਸੀ।
ਉਸੇ ਸਾਲ ਅਸੀਂ ਨਵੰਬਰ ਵਿੱਚ ਅਮਰੀਕਾ 'ਚ ਵੀ ਪ੍ਰੋਗਰਾਮ ਕੀਤਾ। ਜਨਰਲ ਜੇ ਜੇ ਸਿੰਘ ਜੀ ਆਏ, ਬ੍ਰਿਟਿਸ਼ ਆਰਮੀ ਦੇ ਆਫਿਸਰ ਆਏ, ਇਸੇ ਜਗ੍ਹਾ 'ਤੇ ਕੀਤਾ ਜਿੱਥੇ ਅੱਜ ਅਸੀਂ ਖੜ੍ਹੇ ਹਾਂ। ਅਤੇ ਉਹ ਤਕਰੀਬਨ ਖਰਚਾ ਸਾਰੀ ਮੈਂ ਆਪਣੀ ਜੇਬ 'ਚੋਂ ਹੀ ਕਰਦਾ, ਕਿਉਂਕਿ ਜੇ ਕਿਸੇ ਕੋਲ ਮੰਗਣ ਜਾਓ ਤਾਂ ਉਹ ਸੋਚਦਾ ਪਤਾ ਨਹੀਂ ਇਹਨੇ ਕੀ ਕਰਨਾ। ਅਤੇ ਬਿਹਤਰ ਇਹ ਹੈ ਜੋ ਜੇਬ 'ਚ ਹੈਗਾ ਉਹ ਖਰਚ ਦਿਉ, ਨਹੀਂ ਹੈਗਾ ਅਤੇ ਉੰਨੀ ਲਿਮਿਟ 'ਚ ਆਪਣੀ ਚਾਦਰ ਦੇ ਵਿੱਚ ਕੰਮ ਕਰ ਲਓ, ਇੰਨਾ ਹੀ ਕਾਫੀ ਹੈ ਜੀ। ਔਰ ਇਸ ਤੋਂ ਬਾਅਦ ਤੁਸੀਂ ਜਿਹੜੇ ਇਸ ਸਾਲ ਦੇ ਆਖਰ ਦੇ ਵਿੱਚ ਪ੍ਰੋਗਰਾਮਾਂ ਦੀ ਇੱਕ ਲੜੀ ਬਣਾਈ ਹੋਈ ਹੈ, ਥੋੜ੍ਹਾ ਜਿਹਾ ਜ਼ਰੂਰ ਜਾਣਕਾਰੀ ਦਿਓ ਉਹਦੇ 'ਚ ਕੀ ਕੁਛ ਪਲਾਨ ਕੀਤਾ ਗਿਆ ਔਰ ਕਿੱਦਾਂ ਕਿੱਥੇ ਹੋਣਾ ਹੈ? ਇਸ ਸਾਲ 120 ਸਾਲ ਹੋ ਗਏ ਇਸ ਯਾਦਗਾਰ ਨੂੰ, ਅਤੇ ਮੈਂ ਕੋਸ਼ਿਸ਼ ਕਰ ਰਿਹਾ, ਅਜੇ ਸ਼ਿਓਰ ਨਹੀਂ ਵੀ 120 ਸਾਲ ਬਾਅਦ ਸਾਡੇ 'ਚੋਂ ਕੋਈ ਜਣਾ ਉਸ ਜਗ੍ਹਾ 'ਤੇ ਜਾ ਕੇ ਸ਼ਰਧਾਂਜਲੀ ਦੇ ਜਿੱਥੇ ਲੜਾਈ ਹੋਈ ਸੀ। ਪਰ ਉਹ ਜਾਣਾ, ਉੱਥੇ ਕਾਫੀ ਮਾਹੌਲ ਖਰਾਬ ਆ ਉਸ ਏਰੀਏ ਦਾ। ਜੇ ਸਮਾਂ ਮਿਲਿਆ ਤਾਂ ਸਾਡੇ 'ਚੋਂ ਕੋਈ ਨਾ ਕੋਈ ਜਾ ਕੇ ਉੱਥੇ ਅਰਦਾਸ ਕਰੇਗਾ, 21 ਸਿੱਖਾਂ ਨੂੰ ਸ਼ਰਧਾਂਜਲੀ ਦੇਵੇਗਾ। ਮੈਂ ਇੱਕ ਵਾਰ ਫਿਰ ਚੇਤਾ ਕਰਾ ਦਾਂ, ਇਹ ਜਿਸ ਜਗ੍ਹਾ ਦੀ ਗੱਲ ਕਰ ਰਹੇ ਨੇ, ਸਾਰਾ ਗੜੀ ਦੀ ਜਿਹੜੀ ਅਸਲ ਗੜੀ ਸੀ ਉਹ ਅਫਗਾਨਿਸਤਾਨ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਮੌਜੂਦ ਆ ਔਰ ਇਸ ਵੇਲੇ ਵੀ ਉੱਥੇ ਜੰਗ ਜਾਰੀ ਹੈ। ਉਹ ਵਾਰ ਜੇ ਉਹਨਾਂ ਦੇ ਉੱਥੇ ਲਗਾਤਾਰ ਲੜਾਈ ਚੱਲ ਰਹੀ ਹੈ, ਉੱਥੋਂ ਦੇ ਲੋਕਲ ਵੀ ਜਿਹੜੇ ਕਬੀਲੇ ਉੱਥੇ ਉਹ ਵੀ ਉਸ ਏਰੀਏ 'ਚ ਨਹੀਂ ਜਾਂਦੇ, ਸਿਰਫ ਆਰਮੀ ਅਤੇ ਤਾਲਿਬਾਨ ਹੀ ਉਸ ਏਰੀਏ 'ਚ ਹੈਗੇ ਆ। ਅਤੇ ਉਸ ਤੋਂ ਬਿਨਾਂ ਅਸੀਂ ਇੰਡੀਆ ਦੇ ਵਿੱਚ 120 ਸਾਲ ਦੇ ਉੱਤੇ 9 ਸਤੰਬਰ ਤੋਂ 13 ਸਤੰਬਰ ਤੱਕ 5 ਦਿਨਾਂ ਦੇ ਪ੍ਰੋਗਰਾਮ ਕਰਾ ਰਹੇ ਹਾਂ, ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਇਨਵੋਲਵ ਕੀਤਾ। ਕੈਪਟਨ ਸਾਹਿਬ ਖੁਦ ਇੰਟਰਸਟ ਸੀ, ਪਿਛਲੇ ਸਾਲ ਉਹਨਾਂ ਨੇ ਕਾਲ ਕੀਤੀ ਸੀ, ਕਿਉਂਕਿ ਉਹਨਾਂ ਨੂੰ ਵੀ ਆਪਣੀ ਸਾਰਾਗੜੀ 'ਤੇ ਉਹਨਾਂ ਨੇ ਬੁੱਕ ਲਿਖੀ ਹੈ, ਉਹਦੇ ਰਿਸਰਚ ਵਾਸਤੇ ਉਹਨਾਂ ਨੂੰ ਮੇਰੇ ਕੋਲ ਕੁਛ ਡਾਕੂਮੈਂਟ ਕੁਛ ਮਟੀਰੀਅਲ ਚਾਹੀਦਾ ਸੀ, ਉਹ ਮੈਂ ਪ੍ਰੋਵਾਈਡ ਕੀਤਾ ਸੀ। ਅਤੇ ਇਸ ਵਾਰੀ ਪਹਿਲੀ ਵਾਰੀ ਲੰਡਨ ਤੋਂ ਸੇਮ ਉਸੇ ਰੈਜੀਮੈਂਟ ਦੇ ਜਿਸ ਰੈਜੀਮੈਂਟ ਉਸ ਟਾਈਮ 36 ਸਿੱਖ ਸੀ, ਅੱਜ 4 ਸਿੱਖ ਆ, ਉਸ ਟਾਈਮ ਦਾ ਜਿਹੜਾ ਕਮਾਂਡਿੰਗ ਆਫਿਸਰ ਸੀ ਉਸੇ ਰੈਜੀਮੈਂਟ ਤੋਂ 11 ਮੈਂਬਰੀ ਟੀਮ ਆ ਰਹੀ ਹੈ, ਜਿਹਦੇ ਵਿੱਚ 3 ਸਟਾਰ ਜਰਨਲ ਅਤੇ ਖੁਦ ਮੇਜਰ ਵੀ ਆ ਰਹੇ ਹਨ, ਜੋ ਕਿ ਇੰਡੀਆ ਵਿਜ਼ਿਟ ਕਰਨਗੇ, ਸਾਡੇ ਕੋਲ ਲਗਾਤਾਰ 1 ਵੀਕ ਰਹਿਣਗੇ। ਅਤੇ ਅਸੀਂ 9 ਤਰੀਕ ਨੂੰ ਅੰਮ੍ਰਿਤਸਰ 'ਚ ਸਾਰਾਗੜੀ ਦੇ ਉੱਪਰ ਇੱਕ ਕਰਾਟੇ ਮੈਮੋਰੀਅਲ ਟੂਰਨਾਮੈਂਟ ਰੱਖਿਆ। ਉਸ ਤੋਂ ਬਾਅਦ ਅਸੀਂ 10 ਤਰੀਕ ਨੂੰ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਾਰਾਗੜੀ ਗੁਰਦੁਆਰੇ ਤੱਕ ਮਾਰਚ ਰੱਖਿਆ, ਜਿਹੜੀ ਪਰੇਡ ਕਹਿ ਸਕਦੇ ਹਾਂ ਅਸੀਂ, ਨਗਰ ਕੀਰਤਨ ਛੋਟਾ, ਜਿਹ 'ਚ ਗੱਤਕੇ ਪਾਰਟੀਆਂ, NCC ਦੇ ਬੱਚੇ ਅਤੇ ਕਾਫੀ ਜਿਹਨੇ ਸ਼ਹੀਦ ਪਰਿਵਾਰ ਸ਼ਾਮਿਲ ਹੋਣਗੇ। ਉਸ ਤੋਂ ਬਾਅਦ ਅਸੀਂ 11 ਤਰੀਕ ਦਾ ਪ੍ਰੋਗਰਾਮ ਰੱਖਿਆ ਅੰਮ੍ਰਿਤਸਰ ਦੇ ਵਿੱਚ ਹੀ, ਜੋ ਕਿ ਵੱਡੇ ਲੈਵਲ 'ਤੇ ਮਨਾਇਆ ਜਾਏਗਾ। ਅਤੇ 12 ਤਰੀਕ ਨੂੰ ਫਿਰੋਜ਼ਪੁਰ ਕੈਂਟ ਦੇ ਵਿੱਚ ਪ੍ਰੋਗਰਾਮ ਹੈਗਾ, ਅਤੇ 13 ਤਰੀਕ ਨੂੰ ਤਰਨ ਤਾਰਨ ਰੱਖਿਆ। ਇਸੇ ਦਰਮਿਆਨ ਹੀ ਕੈਪਟਨ ਸਾਹਿਬ ਦੇ ਪਟਿਆਲੇ ਦੀ ਵਿਜ਼ਿਟ ਕਰਨੀ, ਮੋਤੀ ਮਹਿਲ, ਉਹਨਾਂ ਨੇ ਇੱਕ ਦਿਨ ਦਾ ਡਿਨਰ ਰੱਖਿਆ ਆ ਸਾਰੇ ਵਾਸਤੇ, ਇਹ ਸਾਰੇ ਪ੍ਰੋਗਰਾਮ ਆ। ਅਤੇ ਇਸ ਦੇ ਵਿੱਚ ਅਸੀਂ ਜਿਹੜਾ ਮਾਡਲ ਬਣਾ ਰਹੇ ਹਾਂ, 6 ਫੁੱਟ ਦਾ ਹੋਏਗਾ ਲੰਬਾ, 3 ਫੁੱਟ ਚੌੜਾ, ਉਹਦੇ ਬਾਰੇ ਪਹਿਲੇ ਸੋਚਿਆ ਸੀ ਵੀ SGPC ਨੂੰ ਡੋਨੇਟ ਉੱਥੇ ਦੇ ਦਿੱਤਾ ਜਾਏ, ਉਹ ਸਿੱਖ ਅਜਾਇਬ ਘਰ 'ਚ ਰੱਖ ਲੈਣ, ਪਰ ਆਰਮੀ ਵਾਲਿਆਂ ਨੇ ਜ਼ੋਰ ਪਾਇਆ ਵੀ ਐਡੀ ਖਾਸ ਚੀਜ਼ ਯਾਦਗਾਰ ਬਣ ਰਹੀ ਹੈ, ਰਿਲੇਟਡ ਆਰਮੀ ਦੇ ਨਾਲ, ਅਤੇ ਸਾਨੂੰ ਤੋਂ ਅਸੀਂ ਇਹਦੀ ਵੱਧ ਦੇਖਭਾਲ ਕਰ ਸਕਦੇ ਹਾਂ। ਮੇਜਰ ਜਨਰਲ ਰਾਜ ਮਹਿਤਾ ਨੇ ਪੰਜਾਬ ਸਰਕਾਰ ਨੂੰ ਨੇ ਉਹਨਾਂ ਨੂੰ ਕੰਮ ਸੌਂਪਿਆ ਸੀ, ਅੰਮ੍ਰਿਤਸਰ ਜਿਹੜਾ ਪਹਿਲਾ ਨੌਰਥ ਇੰਡੀਆ ਦਾ ਵਾਰ ਮਿਊਜ਼ੀਅਮ ਬਣਿਆ ਛਿਆਟੇ ਦੇ ਕੋਲ ਹੈਗਾ, ਉਹ ਸਾਰਾ ਪ੍ਰੋਜੈਕਟ ਉਹਨਾਂ ਦੇ ਕੋਲ ਆ। ਉਹਨਾਂ ਨੇ ਉੱਥੇ ਇੱਕ ਸਾਰਾਗੜੀ ਦੀ ਮੇਰੀ ਰਿਸਰਚ ਦੇ ਉੱਤੇ ਵਾਲ ਬਣਾਈ ਆ, 80 ਫੁੱਟ ਬਾਏ 20 ਫੁੱਟ ਪਹਿਲੀ ਵਾਲ ਬਣੀ ਹੈ, ਉਹ 'ਚ ਦਾਸ ਦਾ ਵੀ ਜ਼ਿਕਰ ਕੀਤਾ ਗਿਆ ਵੀ ਇਹ ਰਿਸਰਚ ਅਸੀਂ ਹੈਲਪ ਇਹਦੇ ਕੋਲੋਂ ਲਈ। ਉਹਨਾਂ ਨਾਲ ਮੇਰੀ ਗੱਲਬਾਤ ਹੋਈ, ਉਹ ਕਹਿੰਦੇ ਸਾਨੂੰ 21 ਸਿੱਖਾਂ ਦੇ ਪੋਰਟਰੇਟ ਅਤੇ ਜਿਹੜਾ ਮਾਡਲ ਬਣਾ ਰਹੇ ਹੋ ਸਾਨੂੰ ਦੇ ਦਿਉ, ਅਸੀਂ ਹਮੇਸ਼ਾ ਵਾਸਤੇ ਉਹਨੂੰ ਪ੍ਰੀਜ਼ਰਵ ਕਰਕੇ ਮਿਊਜ਼ੀਅਮ ਦੇ ਵਿੱਚ ਰੱਖਾਂਗੇ। ਸੋ ਜਿਹੜਾ ਜੰਗੀ ਯਾਦਗਾਰ ਦਾ ਮਿਊਜ਼ੀਅਮ ਹੈ ਅੰਮ੍ਰਿਤਸਰ ਦੇ ਵਿੱਚ, ਉੱਥੇ ਤੁਹਾਨੂੰ ਉਹ ਪੋਰਟਰੇਟ ਵੀ ਨਜ਼ਰ ਆਉਣਗੇ ਸਾਰੇ ਸਿੰਘਾਂ ਦੇ, ਔਰ ਨਾਲ ਜਿਹੜੀ ਹੈ ਉਹ ਸਾਰਾਗੜੀ ਦੀ ਗੜੀ ਦੀ ਅਸਲ ਮਾਡਲ ਹੈ ਜੋ ਤਿਆਰ ਕੀਤਾ ਜਾ ਰਿਹਾ ਲੰਬੀ ਚੌੜੀ ਰਿਸਰਚ ਦੇ ਬਾਅਦ, ਉਹ ਨਜ਼ਰ ਆਏਗਾ। ਆਖਰੀ ਸਵਾਲਾਂ ਦੇ ਵਿੱਚ ਮੈਂ ਇੱਕ ਗੱਲ ਜਾਣਨਾ ਚਾਹੁੰਦਾ ਗੁਰਿੰਦਰ ਭਾਅ ਜੀ, ਕਿਉਂਕਿ ਇਹ ਪਹਿਲਾਂ ਦੀ ਜਾਣਕਾਰੀ ਹੈ, ਫ੍ਰੈਂਚ ਆਰਮੀ ਨੇ ਵੀ ਇਸ ਵਾਰ ਨੂੰ ਆਪਣੇ ਸਿਲੇਬਸ ਦੇ ਵਿੱਚ ਪੜ੍ਹਾਇਆ, ਬ੍ਰਿਟਿਸ਼ ਆਰਮੀ ਇਹ ਡਾਕੂਮੈਂਟਰੀ ਵੀ ਦਿਖਾ ਚੁੱਕੀ ਹੈ, ਕੋਸ਼ਿਸ਼ ਇਹ ਵੀ ਹੁੰਦੀ ਕਿ ਇੰਡੀਅਨ ਆਰਮੀ ਦੇ ਸਿਲੇਬਸ ਦੇ ਵਿੱਚ ਜਾਵੇ, ਆਮ ਤੌਰ 'ਤੇ ਪੜ੍ਹਾਈ ਜਾਂਦੀ ਹੈ ਆਪਣੇ ਪ੍ਰੈਰੋਗੇਟਿਵ ਦੇ ਉੱਤੇ। ਪਰ ਜਦੋਂ ਅਸੀਂ ਇੱਕ ਕਲਚਰ ਦੀ ਗੱਲ ਕਰਦੇ ਹਾਂ, ਉਸ ਕਲਚਰ ਦੇ ਮੈਸੇਜ ਨੂੰ ਅੱਗੇ ਲਿਜਾਣ ਦੀ ਗੱਲ ਕਰਦੇ ਹਾਂ, ਆਇਡੈਂਟੀ ਦੀ ਗੱਲ ਕਰਦੇ ਹਾਂ, ਅਮੈਰੀਕਾ ਵਰਗੀਆਂ ਕੰਟਰੀਜ਼ ਜਿਹੜੀਆਂ ਪਹਿਲਾਂ ਤੋਂ ਹੀ ਮਾਰਸ਼ਲ ਮਸ਼ਹੂਰ ਨੇ, ਇਹਨਾਂ ਦੇ ਵਿੱਚ ਜੇ ਅਸੀਂ ਸਕੂਲਸ ਦੇ ਵਿੱਚ ਜਾਂ ਆਰਮੀਜ਼ ਦੇ ਵਿੱਚ ਸਾਰਾਗੜੀ ਵਰਗੀ ਬੈਟਲ ਦੀ ਸਟੱਡੀ ਜਾਂ ਰਿਸਰਚ ਲੈ ਕੇ ਜਾਂਦੇ ਹਾਂ, ਤਾਂ ਤੁਹਾਨੂੰ ਲੱਗਦਾ ਕਿ ਜਿੱਥੇ ਤੁਹਾਡੇ ਆਪਣੀ ਹਿਸਟਰੀ ਦੀ ਐਕਸਪਲੋਰੇਸ਼ਨ ਹੋਏਗੀ, ਉੱਥੇ ਹੀ ਅੱਜ ਜੋ ਪੱਗ ਦੀ ਜਾਂ ਪੂਰੇ ਸਰੂਪ ਵਾਲੇ ਸਿੱਖਾਂ ਦੇ ਵਾਸਤੇ ਚੁਣੌਤੀ ਸਾਹਮਣੇ ਆ, ਉਹਨੂੰ ਨਜਿੱਠਣ 'ਚ ਵੀ ਹੈਲਪ ਕਰੇਗੀ? ਕਰੰਟ ਸਿਨਾਰੀਓ ਦੇ ਵਿੱਚ ਇਹਦੀ ਰੈਲੀਵੈਂਸ ਦੇਖਦੇ ਹੋ ਤੁਸੀਂ? ਬਹੁਤ ਵਧੀਆ ਜੀ, ਜੇ ਇਹ ਪ੍ਰੋਜੈਕਟ ਕੋਈ ਸਿੱਖ ਸੰਸਥਾਵਾਂ ਇੱਥੋਂ ਲੈ ਲੈਣ ਅਤੇ ਇੱਥੋਂ ਦੇ ਸਿਲੇਬਸ 'ਚ ਪਾ ਜਾਣ ਤਾਂ ਬਹੁਤ ਵਧੀਆ ਹੋਏਗਾ, ਉਹਦੇ ਨਾਲ ਸਾਡੀ ਆਈਡੈਂਟੀ ਪੂਰੇ ਵਰਲਡ ਲੈਵਲ 'ਤੇ ਫੈਲ ਜੀ, ਕਿਉਂਕਿ ਅੱਜ ਕੱਲ੍ਹ ਅਮਰੀਕਾ ਦੀ ਸਰਦਾਰੀ ਹੈ, ਇੱਥੇ ਜੋ ਕੁਛ ਹੋਏਗਾ ਪੂਰੀ ਦੁਨੀਆ ਨੂੰ ਫੋਲੋ ਕਰਦੀ ਹੈ ਜੀ। ਅਤੇ ਜਿਹੜੀ ਤੁਸੀਂ ਗੱਲ ਕੀਤੀ ਫ੍ਰੈਂਚ ਦੇ ਵਿੱਚ, ਫਰਾਂਸ 'ਚ ਜਿਹੜਾ ਸਿਲੇਬਸ ਪੜ੍ਹਾਇਆ ਜਾਂਦਾ, ਇੰਡੀਆ 'ਚ ਵੀ ਪੜ੍ਹਾਇਆ ਜਾਂਦਾ, ਮੇਰੇ ਪ੍ਰੋਫੈਸਰ ਖੁਦ ਬਾਬਾ ਨਾਥਾ ਸਿੰਘ ਜੀ 1975 ਤੱਕ ਅੰਮ੍ਰਿਤਸਰ 'ਚ ਪੜ੍ਹਾਉਂਦੇ ਰਹੇ ਸਿਲੇਬਸ,
ਅਤੇ ਉਸ ਤੋਂ ਪਹਿਲੇ ਜਿੱਥੇ ਜਿੱਥੇ ਕੈਨੇਡਾ ਨੇ ਇੰਗਲੈਂਡ ਨੇ ਰਾਜ ਕੀਤਾ, ਜਿਹੜੇ ਜਿਹੜੇ ਮੁਲਕ ਜਿੱਦਾਂ ਫਰਾਂਸ, ਜਰਮਨ, ਉਸ ਮੁਲਕ ਦੀਆਂ ਜਦੋਂ ਉਹਨਾਂ ਦਾ ਰਾਜ ਸੀ ਉਹਨਾਂ ਸਕੂਲਾਂ 'ਚ ਜਿਹੜਾ ਸਿਲੇਬਸ ਪੜ੍ਹਾਇਆ ਜਾਂਦਾ ਸੀ, ਅਤੇ ਇਸ 'ਤੇ ਸਿਲੇਬਸ ਦੀ ਕਾਪੀ ਕਿਤੇ ਨਹੀਂ ਮਿਲਦੀ। ਪਰ ਮੈਂ ਰਿਸਰਚ ਕਰਕੇ ਲੰਡਨ ਤੋਂ ਇਸ ਦੇ ਸਿਲੇਬਸ ਦੀ ਇੱਕ ਕਾਪੀ ਵੀ ਲੈ ਕੇ ਆਏ ਹਾਂ, ਜੋ ਕਿ ਅੰਮ੍ਰਿਤਸਰ 'ਚ ਅਸੀਂ 10 ਤਰੀਕ ਨੂੰ ਉੱਥੇ ਅਸੀਂ ਪ੍ਰਦਰਸ਼ਨੀ ਲਾਉਣੀ, ਐਗਜੀਬਿਸ਼ਨ ਲੱਗੇਗੀ, ਇਹਦੇ ਸਾਰੇ ਰਿਕਾਰਡ ਜੋ ਕੁਛ ਵੀ ਇਹ ਸਾਰਾ ਗੜੀ ਦੇ ਹੈਗੇ ਉਹ ਸਾਰੇ ਅਸੀਂ ਉੱਥੇ ਪਬਲਿਕ ਨੂੰ ਦਿਖਾਵਾਂਗੇ। ਆਲਰਾਈਟ, ਲਾਸਟ ਮੈਂ ਜਾਣਨਾ ਚਾਹੁੰਦਾ, ਤੁਸੀਂ ਸਿੱਖ ਭਾਈਚਾਰੇ ਨੂੰ, ਪੰਜਾਬੀਆਂ ਨੂੰ ਔਰ ਸਿੱਖ ਔਰਗਨਾਈਜੇਸ਼ਨ ਨੂੰ ਕੋਈ ਅਪੀਲ ਜੇ ਕਰਨਾ ਚਾਹੁੰਦੇ ਹੋ ਤੁਹਾਡੀ ਜ਼ਬਾਨੀ? ਮੈਂ ਜੀ ਛੋਟਾ ਜਿਹਾ ਬੱਚਾ ਸਾਰਿਆਂ ਦਾ, ਮੈਂ ਅਪੀਲ ਕਿਸੇ ਨੂੰ ਕੀ ਕਰ ਸਕਦਾ, ਬਾਕੀ ਇਹ ਆ ਵੀ ਭਗਤ ਪੂਰਨ ਸਿੰਘ ਜੀ ਨਾਲ ਮੇਰਾ ਛੋਟੇ ਹੁੰਦਿਆਂ ਦਾ ਪ੍ਰੇਮ ਸੀ, ਜਦੋਂ ਸਾਰਾ ਗੜੀ ਗੁਰਦੁਆਰੇ ਅਸੀਂ ਸੇਵਾ ਕਰਾਉਂਦੇ 1980 ਦੇ ਵਿੱਚ, ਉਹ ਹਮੇਸ਼ਾ ਲੰਘਦੇ ਉੱਥੋਂ ਕਹਿੰਦੇ ਹੁੰਦੇ ਸੀ ਕਾਕਾ ਜੀ ਕਹਿ ਕੇ, ਕਹਿੰਦੇ ਕਾਕਾ ਜੀ ਗੁਰਦੁਆਰੇ ਦੀ ਸੇਵਾ ਕਰਨੀ ਇਹ ਕੰਮ ਠੀਕ ਆ, ਪਰ ਕੰਮ ਉਹ ਕਰੋ ਜਿਹੜਾ ਦੁਨੀਆ ਯਾਦ ਰੱਖੇ, ਅਤੇ ਇਹ ਨਾ ਸੋਚੋ ਵੀ ਤੁਹਾਡੀ ਕੋਈ ਆ ਕੇ ਹੈਲਪ ਕਰੇਗਾ, ਜਿਹੜਾ ਤੁਹਾਡੇ ਮਨ 'ਚ ਹੈ ਵੀ ਇਹ ਕੰਮ ਮੈਂ ਕਰਨਾ, ਉਹਨੂੰ ਤੁਸੀਂ ਕਰਨਾ ਸ਼ੁਰੂ ਕਰ ਦਿਓ, ਅਤੇ ਪੂਰੀ ਕਾਇਨਾਤ ਤੁਹਾਡੀ ਖੁਦ ਹੈਲਪ ਕਰਦੀ ਹੈ, ਤੁਹਾਨੂੰ ਕਿਸੇ ਹੈਲਪ ਦੀ ਜ਼ਰੂਰਤ ਦੀ ਲੋੜ ਨਹੀਂ। ਅਤੇ ਉਸੇ ਰਾਹ 'ਤੇ ਮੈਂ ਚੱਲਦਾ ਹੋਇਆ ਜੋ ਵੀ ਮੈਂ ਕੋਈ ਕੰਮ ਕਰਨ ਲੱਗਦਾ, ਜਿੱਦਾਂ ਅਸੀਂ ਵਿਸਾਖੀ 5K ਸ਼ੁਰੂ ਕੀਤੀ, ਲੌਂਗ ਆਈਲੈਂਡ 'ਚ ਕੀਤੀ, ਸਾਥ ਕੁਦਰਤੀ ਆਪੇ ਬਾਅਦ 'ਚ ਮਿਲਣਾ ਸ਼ੁਰੂ ਹੋ ਜਾਂਦਾ, ਪ੍ਰੋਜੈਕਟ ਅਸੀਂ ਪਹਿਲੇ ਸ਼ੁਰੂ ਕਰ ਦਿੰਦੇ ਹਾਂ ਜੀ। ਥੈਂਕ ਯੂ ਸੋ ਮਚ ਗੁਰਿੰਦਰ ਭਾਅ ਜੀ, ਐਂਡ ਗੁੱਡ ਲੱਕ, ਤੁਹਾਡਾ ਜਿਹੜਾ ਈਵੈਂਟ ਹੈ ਸਪਟੰਬਰ ਦਾ ਉਹ ਬਹੁਤ ਸਕਸੈਸਫੁਲ ਹੋਵੇ। ਸੋ ਗੁਰਿੰਦਰ ਸਿੰਘ ਜੋਸਨ ਦੱਸ ਸਾਡੇ ਨੇ, ਸਾਰਾਗੜੀ ਦੀ ਜੰਗ ਦੇ ਬਾਰੇ ਗੱਲਾਂ ਬਹੁਤ ਹੁੰਦੀਆਂ ਨੇ, ਫੇਸਬੁੱਕ 'ਤੇ ਬਹੁਤ ਸਾਰੀਆਂ ਫੇਕ ਪੋਸਟਾਂ ਚੱਲ ਜਾਂਦੀਆਂ ਜਿਨ੍ਹਾਂ 'ਚ ਜਾਂ ਤਾਂ ਉਹਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਜਾਂ ਉਸਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਥੋਰੋ ਰਿਸਰਚ ਜੇ ਤੁਸੀਂ ਪੜ੍ਹਨਾ ਚਾਹੋ, ਜਾਣਨਾ ਚਾਹੋ, ਗੁਰਿੰਦਰ ਸਿੰਘ ਜੋਸਨ ਦੇ ਫੇਸਬੁੱਕ ਪੇਜ 'ਤੇ ਵੀ ਜਾ ਸਕਦੇ ਹੋ, ਸਾਰਾਗੜੀ ਦੇ ਵੈਬਸਾਈਟ ਜਾਂ ਫੇਸਬੁੱਕ ਪੇਜਿਸ ਦੀ ਜ਼ਰੂਰ ਡਿਟੇਲ ਦੇ ਦਿਓ। ਸਾਰਾਗੜੀ ਦਾ ਪੇਜ ਬਣਾਇਆ ਵਾ, ਅਤੇ ਤੁਸੀਂ ਮੇਰੇ ਫੇਸਬੁੱਕ 'ਤੇ ਆ ਸਕਦੇ ਗੁਰਿੰਦਰਪਾਲ ਸਿੰਘ ਜੋਸਨ 'ਤੇ, ਉਸ ਤੋਂ ਬਾਅਦ ਹੁਣ ਉਹ 'ਚ ਸਾਰੀ ਡਾਕੂਮੈਂਟਰੀ ਵੀ ਫਿਲਮਾਂ ਅਸੀਂ ਪਾਈਆਂ, ਫਰੀ ਡਾਊਨਲੋਡ ਕਰ ਸਕਦੇ, ਸਾਰੀ ਇਨਫੋਰਮੇਸ਼ਨ ਹੈਗੀ ਹੈ। ਔਰ ਕਾਫੀ ਹੱਦ ਤੱਕ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿੱਦਾਂ ਕਿਸ ਤਰ੍ਹਾਂ ਕੰਮ ਹੋ ਰਿਹਾ। ਸੋ ਸੈਪਟੈਂਬਰ ਦੇ ਵਿੱਚ ਜੋ ਈਵੈਂਟਸ ਪੰਜਾਬ ਦੇ ਵਿੱਚ ਹੋਣੇ ਉਹਨਾਂ ਦੇ ਬਾਰੇ ਵੀ ਤੁਹਾਨੂੰ ਅਸੀਂ ਲਗਾਤਾਰ ਦੱਸਾਂਗੇ। ਫਿਲਹਾਲ ਇਸ ਖਾਸ ਮੁਲਾਕਾਤ ਦੇ ਵਿੱਚ ਇਜਾਜ਼ਤ ਦਿਓ, ਧੰਨਵਾਦ।